किसान भरावो, मैं कुलविंदर सिंह ढाली वाला, पिंड फूले वाला, तहसील फूल, जिला बठिंडा। मैं ना इस वक्त सूए ते खड़ा, साडे पिंड दा ते ढवाली दा मोगा इह सांझा लग्या वा। अज मेरी पानी दी वारी सी, हुण मैं तुहानू हैरानी दी गल इह दसदा यार, बई वड्डे पद्धर ते आ जिथों तिकर तुसीं देखोगे खाल दे उपर मक्की मक्की बीजी वी आ, ते लोकां ने शर्म एडी ला रखी आ, उहदे विच चाहे मैं वी आउणा। सारा मोगा दा बंद पिया देख लो, मोगा बंद पिया, आ घिओ वर्गा पाणी आ मोगे दा, ते मोटरां सारियां चली जांदियां। माड़ा मोटा यार अकल नूं हत्थ मार लो, 9 इंची खाल बनिया वा जमा पूरा वधिया पक्का, ते सारे खेतां च फटियां पईयां वीआं, ते नरेगा वाले खालस मार जांदे आ 2 महीनिआं बाद। यार माड़ी मोटी दा शर्म मन लो, आ बसाख दा महीना ते मोटरां चली जांदियां ते मोगा बंद पिया। इस खाल दे उपर ढवाली दे 1-2 घरां तों बिना घट्टो घट साल हो गया मोगा मैं खोल के लेके जाना। फिर तुसी कह दिंदे हो सरकार पानी बाहर दई जांदी आ, पानी दे लायक ही नहीं तुसी। ਉਹ ਲੋਕ ਕਦਰ ਕਰਦੇ ਆ, ਉਹ ਭੁੱਖੇ ਤੇ ਆਏ ਆ, ਉਹਨਾਂ ਨੂੰ ਪਾਣੀ ਦੀ ਲੋੜ ਆ। ਤੁਹਾਡੇ ਕੋਲ ਦੀ ਗੰਗਾ ਵਹਿੰਦੀ ਆ ਤੇ ਮੋਗਾ ਤੁਹਾਡਾ ਬੰਦ ਆ, ਤੇ ਜਦੋਂ ਮੋਗੇ ਬੰਦ ਆ ਸੂਆ ਗਾਹਾਂ ਟੁੱਟ ਜਾਂਦਾ ਟੇਲ ਵਾਲਿਆਂ ਦੇ, ਉਹ ਦਰਖਾਸਤਾਂ ਦੇ ਦਿੰਦੇ ਆ, ਸੂਆ ਬੰਦ ਹੋ ਜਾਂਦਾ। ਇਹਦੇ ਚ ਸਰਕਾਰ ਕੀ ਕਰੇ? ਸਰਕਾਰ ਚਾਹੇ ਕੋਈ ਆ, ਦੋਸ਼ ਤੁਸੀਂ ਸਰਕਾਰ ਨੂੰ ਦੇਣ ਲੱਗ ਜਾਂਦੇ ਹੋ, ਕੰਮ ਆਪ ਨਹੀਂ ਕਰਦੇ। ਹੁਣ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਮੋਗਾ ਮੈਂ ਖੋਲਦਾ, ਆ ਬੰਦ ਪਿਆ, ਆ ਖਾਲ ਸੁੱਕਾ ਪਿਆ, ਆ ਮੱਕੀਆਂ। ਹੋ ਮੈਂ ਘੱਟੋ ਘੱਟ ਇੱਥੋਂ ਮੇਰਾ ਖੇਤ ਕਿਲੋਮੀਟਰ ਪਿੱਛੇ ਆ, ਤੇ ਘੱਟੋ ਘੱਟ 20 ਬੰਦਿਆਂ ਦੀ ਮੱਕੀ ਆ ਉਦੋਂ ਉਰੇ, ਤੇ ਮੋਟਰਾਂ ਚੱਲੀ ਜਾਂਦੀਆਂ ਸਾਰੀਆਂ। ਸਰਕਾਰ ਨੂੰ ਵੀ ਬੇਨਤੀ ਆ ਵੀ ਮੋਟਰਾਂ ਦੇ ਬਿੱਲ ਲਾਵੇ ਜੇ ਪਾਣੀ ਬਚਾਉਣਾ ਤਾਂ, ਨਹੀਂ ਇਹਨਾਂ ਨੇ ਲਾ ਲਾ ਅੱਗ ਪਰਾਲੀ ਨੂੰ, ਤੇ ਕੜ ਕੜ ਪਾਣੀ। ਜਿਹੜੇ ਜਵਾਕ ਆ ਉਹਦਾ ਕੈਨੇਡਾ ਚ ਟੱਕਰ ਦੇ, ਜਵਾਕ ਤੁਸੀਂ ਜਾਣ ਖਾਤਰ ਮਜਬੂਰ ਕਰੇ ਆ ਕੈਨੇਡਾ ਚ, ਕੋਈ ਸਰਕਾਰ ਨੀ ਇਹਦੇ ਚ ਦੋਸ਼ੀ। ਕੰਮ ਡੱਕਾ ਕਰਦੇ ਨੀ, ਘਰੇ ਟੀਵੀ ਮੂਹਰੇ ਬੈਠੇ ਰਹਿੰਦੇ, ਖਾ ਕੇ ਰੋਟੀਆਂ 7-8 ਫੇਰ ਕੇ ਢਿੱਡ ਦੇ ਹੱਥ, ਏਸੀ ਵਾਲੇ ਕਮਰੇ ਚ ਪੈ ਜਾਂਦੇ ਹੋ, ਛੱਡ ਕੇ ਆਟੋਮੈਟਿਕ ਖੇਤ। ਮੇਰੀ ਗੱਲ ਦਾ ਗੁੱਸਾ ਲੱਗੂਗਾ, ਕਮੈਂਟ ਚ ਇਹ ਭੱਦੇ ਕਰ ਦਿਓ ਮੈਨੂੰ, ਪਰ ਮੇਰੀ ਗੱਲ ਇਹ ਜਮਾ ਸਹੀ ਆ। ਜਿਹੜੇ ਜਵਾਕ ਤੁਸੀਂ ਪੰਜਾਬ ਚੋਂ ਡੱਕਰੇ ਆ ਨਾ ਆਪਦੇ, ਇਹ ਤੁਸੀਂ ਜ਼ਿੰਮੇਦਾਰ ਹੋ ਇਹਦੇ, ਖੇਤੀ ਕਿਸੇ ਢੰਗ ਨੇ ਨੀ ਕਰੀ। ਮੋਟਰ ਦਾ ਪਾਣੀ ਤਾਂ 2 ਲਾ ਦਿਓ ਮੱਕੀ ਨੂੰ, ਤੇ ਕੱਸੀ ਦਾ ਪਾਣੀ 1 ਲੱਗੂਗਾ, ਇੰਨਾ ਠੰਡਾ ਪਾਣੀ ਹੁੰਦਾ ਇਹ। ਮੋਟਰ ਦਾ ਪਾਣੀ 2 ਤੇ ਕੱਸੀ ਦਾ ਪਾਣੀ 1, ਕੱਸੀ ਦੇ ਪਾਣੀ ਲਾਓ ਮੱਕੀ ਨੂੰ, ਰੇਹ ਅੱਧਾ ਦੇਣਾ ਪਊ, ਮੋਟਰ ਦਾ ਪਾਣੀ ਲਾਓਗੇ ਦੁੱਗਣਾ ਰੇਹ ਦੇਣਾ ਪਊਗਾ। ਜਿਹੜੀ ਮੋਟਰ ਦੀ ਕਸਾਈ ਆ ਹੋਰ ਆ, ਉਹ ਅੱਡ ਚੱਲੀ ਜਾਂਦਾ ਬਸ, ਸੋਖੇ ਇਹ ਆ ਵੀ ਆਟੋਮੈਟਿਕ ਲਾਤਾ ਤੇ ਘਰੇ ਪਏ ਆ, ਖਾ ਕੇ ਰੋਟੀਆਂ ਟੀਵੀ ਛੱਡ ਲਿਆ, ਹੋਰ ਕੰਮ ਨੀ ਸਾਡੇ ਕੋਲੇ ਕੋਈ। ਮਾੜੀ ਮੋਟੀ ਸ਼ਰਮ ਮੰਨ ਲਓ, ਫੇਰ ਕਹਿ ਦਿੰਦੇ ਰੁੱਖਾ ਬੋਲਦਾ। ਆ ਬੰਦ ਪਿਆ ਮੋਗਾ, ਆ ਲੱਖੇ ਵਰਗੇ ਪਿੱਟ ਕੇ ਮਰ ਗਏ ਸਾਡਾ ਪਾਣੀ, ਸਾਡਾ ਪਾਣੀ ਪਾਣੀ ਕੀ ਕਰਨਗੇ ਲੋਕ ਹੀ ਨੀ ਜਦੋਂ ਸਾਂਭਦੇ, ਬਾਈ ਤੁਸੀਂ ਤੁਹਾਡਾ ਹੰਗਾਰਾ ਵੀ ਕੀ ਕਰੂਗਾ। ਬਸ ਮੈਂ ਤਾਂ ਇੰਨੀ ਕੀ ਵੀਡੀਓ ਮੈਂ ਇਹ ਪਾਉਂਗਾ, ਲਾਜ਼ਮੀ ਚਾਹੇ ਗਾਲਾਂ ਕੱਢੋ ਤੇ ਭਾਵੇਂ ਦਿਓ ਸਾਵਾ ਸੇ, ਸਾਰੇ ਮੋਗੇ ਬੰਦ ਹੁੰਦੇ ਆ ਪਿੱਛੇ ਤੋਂ। ਤੇ ਸਰਕਾਰ ਨੂੰ ਬੇਨਤੀ ਜ਼ਰੂਰ ਕਰਦਾ ਮੈਂ, ਮੇਰੇ ਵੀ 2 ਮੋਟਰਾਂ ਲੱਗੀਆਂ, ਬਿੱਲ ਲਾਵੇ। ਜਿੰਨਾ ਚਿਰ ਬਿੱਲ ਨੀ ਆਉਣ ਲੱਗਦਾ ਸਾਨੂੰ 40-40 ਹਜ਼ਾਰ ਨਾ, ਤੇ ਅਸੀਂ ਆਹ ਮੋਗੇ ਦਾ ਪਾਣੀ ਵਰਤਣ ਨੀ ਲੱਗਦੇ ਉਨਾ ਚਿਰ। ਮੁਫ਼ਤ ਬਿਜਲੀ ਦੇਈ ਜਾਂਦੀ ਆ ਗੌਰਮੈਂਟ, ਆਟੋਮੈਟਿਕ ਲੱਗੇ ਵੇ ਆ, ਘਰੇ ਪਏ ਛੱਡ ਦਿੰਦੇ ਹੋ, ਜਾ ਕੇ ਸੌ ਜਾਂਦੇ ਹੋ, ਆ ਕੇ ਨੱਕਾ ਬਦਲਦਾ ਨਹੀਂ, ਪਾਈਪਾਂ ਦੱਬੀਆਂ ਵੀ ਆ। ਜੇ ਮੋਗੇ ਦਾ ਛੱਡਣਾ ਪਿਆ ਤਾਂ ਆਉਣਾ ਪਊ ਵਾਰੀ ਤੇ, ਖਾਲ ਨੀ ਸਮਾਰਨਾ ਕੋਈ, ਉਹ ਨਰੇਗਾ ਵਾਲੇ ਸਮਾਰ ਦਿੰਦੇ ਆ, ਜਮਾਂ ਹੀ ਹੱਦ ਹੋਈ ਪਈ ਆ ਯਾਰ ਤੁਹਾਡੇ ਵਾਲੀ। ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ, ਤੁਹਾਡੇ ਜਵਾਕ ਤਾਂ ਜਿਹੇ ਉਹ ਮੇਰੇ ਆ, ਉਹ ਨਵੀਂ ਉਮਰ ਦਾ ਜਾ ਕੇ ਕੈਨੇਡਾ ਚ ਦਿਹਾੜੀ ਤੇ ਲਾ ਕੇ, ਤੇ ਜਿਹੜੇ ਤੁਸੀਂ ਨਾ, ਮੇਰੀ ਉਮਰ ਹੈਗੀ ਹੁਣ 38 ਸਾਲ ਦੀ, 39 ਸਾਲ ਦੀ, ਜਿਹੜੇ ਆਪਾਂ ਗੇ ਆਪਾਂ ਨੂੰ ਜਵਾਕਾਂ ਦੇ ਮਗਰ ਜਾਣਾ ਪਊ, ਤੇ ਹੁਣੀ ਉੱਥੇ ਦਿਹਾੜੀ ਵੀ ਨੀ, ਫਿਰ ਰਿੰਗੋਗੇ। ਆ ਜਿਹੜੇ ਜਾਂਦੇ ਆ ਬੋਲੀ ਦੇ ਢਿੱਲੇ ਕਰਕੇ ਆ ਜਾਂਦੇ, ਇੱਥੇ ਮੁੜ ਕੇ ਨੱਕ ਨੀ ਕਰਦੇ ਕੈਨੇਡਾ ਕੰਨੀ ਜਾਣ ਨੂੰ। ਕੱਲੀ ਸਰਕਾਰ ਨੂੰ ਦੇਸ਼ ਦੋਸ਼ ਦੇਣਾ ਗਲਤ ਆ, ਸਰਕਾਰਾਂ ਸਾਰੀਆਂ ਮਾਰੀਆਂ ਹੋਊਗੀਆਂ। ਕੰਮ ਆਪ ਨੀ ਡੱਕਾ ਕਰਨਾ, ਖੇਤੀ ਆਪ ਢੰਗ ਤਰੀਕੇ ਨਾਲ ਨੀ ਕਰੀ, ਅੱਗੇ ਖੇਤੀ ਲਾਹੇਵੰਦ ਨੀ ਰਹੀ, ਲਾਹੇਵੰਦ ਰਹੇ ਕਿਵੇਂ ਖੇਤੀ? ਜਿਹੜੇ ਕੋਈ ਮੁਫ਼ਤ ਵਾਲੇ ਕੰਮ ਉਹ ਤਾਂ ਕਰਦੇ ਨੀ, ਰੂੜੀ ਦਾ ਰੇਹ ਤੁਸੀਂ ਨੀ ਪਾਉਂਦੇ ਖੇਤ ਚ, ਮੋਗੇ ਦਾ ਪਾਣੀ ਤੁਸੀਂ ਨੀ ਲਾਉਂਦੇ ਖੇਤ ਚ, ਕੈਮੀਕਲ ਪਾਈ ਜਾਂਦੇ, ਕੈਮੀਕਲਾਂ ਦੇ ਖਰਚੇ ਹੀ ਹੋਣਾ, ਪੈਦਾਵਾਰ ਘਟੀ ਜਾਂਦੀ ਆ, ਆਪੇ ਖੇਤੀ ਲਾਹੇਵੰਦ ਨੀ।
ਆ ਧਵਾਲੀ ਵਾਲਿਆਂ ਨੂੰ ਖਾਸ ਕਰਕੇ ਬੇਨਤੀ ਆ ਬਈ ਮੈਂ ਮੋਗਾ ਛੱਡ ਕੇ ਲੈ ਕੇ ਜਾਣਾ ਤੇ ਜੇ ਜਦੋਂ ਮੋਗਾ ਵਿਹਲਾ ਹੋਵੇ ਮੇਰੀ ਫੱਟੀ ਲਾਈ ਵੀ ਹੁੰਦੀ ਆ ਕਿਸੇ ਨੇ ਮੋਗਾ ਨੀ ਬੰਦ ਕਰਨਾ ਫੱਟੀ ਚੱਕ ਦਿਆ ਕਰੋ ਮੇਰੇ ਮਨ ਚ ਪਾਣੀ ਪਈ ਜਾਣ ਦਿਓ ਆਪੇ ਪਾਣੀ ਥੱਲੇ ਜਾਊ ਧਰਤੀ ਦੇ ਕੁਛ ਨਾ ਕੁਛ ਫਰਕ ਪਊਗਾ ਨਾ ਫਰਕ ਪਊ ਮੂਹਰੇ ਸੂਆ ਦਾ ਨਾ ਟੁੱਟੂ ਸੂਆ ਆ ਦੇਖੋ ਕਿੰਨਾ ਭਰਿਆ ਫਿਰਦਾ ਆ ਮੋਗਾ ਦਾ ਮੈਂ ਦਿਖਾ ਤਾ ਅੱਗੜ ਪਿੱਛੇ ਹੁਣ ਮੋਗੇ ਦੋ ਤਿੰਨ ਹੋਰ ਆ ਮੇਰੇ ਕੋਲ ਟਾਈਮ ਘੱਟ ਨੀ ਉਹ ਵੀ ਦਿਖਾ ਦੇਣਾ ਬੰਦ ਹੋ ਪਏ ਆ ਬਸ ਮੇਰੀ ਇੰਨੀ ਕੀ ਵੀਡੀਓ ਸੀ ਚੰਗੀ ਮੰਨਿਓ ਚਾਹੇ ਮਾੜੀ ਮੰਨਿਓ।